ਸੀਵਰੇਜ ਬੰਦ ਹੋਏ ਪਏ ਨੇ, ਪਾਣੀ ਸਾਰਾ ਬਾਹਰ ਆ ਰਿਹਾ, ਆਉਣ ਜਾਣ ਦੀ ਬਹੁਤ ਪ੍ਰੋਬਲਮ ਹੋ ਰਹੀ ਹੈ, ਔਰ ਬੱਚਿਆਂ ਨੂੰ ਜ਼ਿਆਦਾ ਹੀ ਦਿੱਕਤ ਹੈ। ਫਿਰ ਇਲੈਕਸ਼ਨ ਇਹਨਾਂ ਨੇ ਜਦੋਂ ਵੋਟ ਪਾਉਣੇ ਆ ਤਾਂ ਭੱਜੇ ਜਾਣਾ, ਹਾਂਜੀ ਭੈਣ ਜੀ, ਹਾਂਜੀ 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 ਕਰਦੇ, ਬਸ ਆਪਣਾ ਕੰਮ ਕੀਤਾ, ਜਿੱਤ ਗਿਆ ਠੀਕ ਹੈ, ਤਾਂ ਕੰਮ ਬੰਨਿਆ। ਹਰ ਰੋਜ਼ ਸ਼ੂਜ਼ ਵੀ ਕਿੰਨੇ ਲਿਆ ਕੇ ਰੱਖੀਏ ਬੱਚਿਆਂ ਦੇ, ਰੋਜ਼ ਗਿੱਲੇ ਹੋ ਜਾਂਦੇ ਆ, ਔਰ ਉਹਨਾਂ ਦੇ ਇਨਫੈਕਸ਼ਨ ਬਹੁਤ ਜ਼ਿਆਦਾ ਹੋ ਗਈ, ਪੈਰਾਂ ਵਿੱਚ ਜ਼ਖਮ ਆ ਗਏ, ਦਾਣੇ ਨਿਕਲ ਰਹੇ ਆ, ਇੱਥੇ ਜੌਂਡਿਸ ਬਹੁਤ ਫੈਲ ਰਿਹਾ ਸਾਡੇ ਬੱਚਿਆਂ ਵਿੱਚ, ਔਰ ਵੱਡਿਆਂ ਨੂੰ ਵੀ ਪ੍ਰੋਬਲਮ ਆ ਰਹੀ ਹੈ, ਸਾਨੂੰ ਵੀ ਆਉਣ ਜਾਣ ਦੀ ਬੜੀ ਮੁਸ਼ਕਿਲ ਹੋ ਰਹੀ ਹੈ। ਇਹ ਗਲੀ ਲੰਘਣਾ ਬੁਰਾ ਹਾਲ ਹੋਇਆ, ਸਾਰੀ ਗਲੀ 'ਚ ਪਾਣੀ ਭਰਿਆ। ਜੇ ਸ਼ਨੀਵਾਰ ਤੱਕ ਇਹ ਮਸਲਾ ਨਾ ਹੱਲ ਹੋਇਆ, ਅਸੀਂ ਐਤਵਾਰ ਇਸ ਨੂੰ ਵੱਡਾ ਧਰਨਾ ਦੇਵਾਂਗੇ, ਇਸ ਨੂੰ ਵੱਡਾ ਪੂਰਾ ਇਕੱਠ ਕਰਾਂਗੇ ਅਤੇ ਪੂਰਾ ਬੰਦ ਕਰ ਦਾਂਗੇ ਇਲਾਕਾ। ਸਾਡਾ ਇਲਾਕਾ ਰਾਮਬਾ ਚਿੱਟਾ ਗੁੰਮਟ ਗਲੀ ਕੁਚਾ ਖੈੜ ਦਿਨ, ਵਾਰਡ ਨੰਬਰ 47 ਹੈ ਜੇ। ਸਾਡੀ MLA ਜੀਵਨਜੋਤ ਕੌਰ ਹੈ। ਸਾਡੇ ਮੁਹੱਲੇ 'ਚ ਬਹੁਤ ਜ਼ਿਆਦਾ ਸਮੱਸਿਆ, ਤੁਸੀਂ ਕਿੰਨਾ ਪਾਣੀ ਦੀ ਸਮੱਸਿਆ, ਗੰਦਾ ਪਾਣੀ ਇੰਨਾ ਆ ਰਿਹਾ, ਓਵਰਫਲੋ ਹੋ ਰਿਹਾ, ਇਹ ਜਿਉਂ ਜਿਉਂ ਟਾਈਮ ਵਧੀ ਜਾਣਾ ਵਧੀ ਜਾਣਾ ਪਾਣੀ, ਬੱਚਿਆਂ ਦਾ ਨਿਕਲਣਾ ਮੁਸ਼ਕਲ, ਬੱਚਿਆਂ ਨੂੰ ਖਾਰਸ਼ ਤੱਕ ਹੋ ਗਈ ਹੈ, ਉਹਨਾਂ ਦੇ ਪੈਰਾਂ 'ਚ ਖਾਰਸ਼ਾਂ ਹੋਣ ਚਾਲੂ ਹੋ ਗਈਆਂ। ਸਾਡੇ ਇੱਥੇ ਸਾਨੂੰ ਲੱਗ ਰਿਹਾ ਕਿ ਸਾਡੇ ਇੱਥੇ ਪ੍ਰੋਬਲਮ ਜ਼ਿਆਦਾ ਹੋ ਜਾਣੀ ਹੈ, ਡੇਂਗੂ ਨਾਲ ਫੈਲ ਜੇ, ਸਾਨੂੰ ਬੜੀ ਮੁਸ਼ਕਲ ਹੈਗੀ ਹੈ ਕਿ ਡੇਂਗੂ ਨਾ ਜੇ, ਡੇਂਗੂ ਦੇ ਮਰੀਜ਼ ਹੋ ਗਏ ਨੇ, ਅਤੇ ਅਸੀਂ ਘੱਟ ਤੋਂ ਘੱਟ ਸਾਡਾ ਜਿਹੜਾ ਇੱਥੋਂ ਦਾ ਜਈ ਹੈ ਕੁਲਵੰਤ ਸਿੰਘ, ਉਹਨੂੰ ਘੱਟ ਤੋਂ ਘੱਟ 50 ਕੰਪਲੇਂਟਾਂ ਕੀਤੀਆਂ ਹੋਣੀਆਂ, 50 ਤੋਂ ਜ਼ਿਆਦਾ, ਲੇਕਿਨ ਉਹਦੇ ਕੰਨ 'ਤੇ ਜੂੰ ਨਹੀਂ ਰਿੰਗਣ ਦੀ, ਅਤੇ ਨਾ ਸਾਡੀ ਜਿਹੜੀ MLA ਹੈ ਉਹ ਪਤਾ ਕਿਵੇਂ ਜਿੱਤ ਗਈ, ਅਤੇ ਰੱਬ ਵੱਲੋਂ 2.5-3 ਸਾਲ ਹੋ ਗਏ, ਇੱਕ ਵਾਰੀ ਨਹੀਂ ਵੜੀ ਜੀ ਸਾਡੇ ਇੱਥੇ ਪ੍ਰਸ਼ਾਸਨ ਤੋਂ, ਸੜਕ 'ਤੇ ਬਹਿਣਾ ਪੈ ਰਿਹਾ, ਸੜਕ ਜਾਮ ਕਰਨੀ ਪੈ ਗਈ, ਕੀ ਨੌਬਤ ਕੀ ਕਰੀਏ ਸਰ, ਸਾਡੇ ਜੋ ਪ੍ਰਸ਼ਾਸਨ ਅਮਲਾ ਗੱਲ ਨਹੀਂ ਸੁਣਦਾ ਪਿਆ, ਅਤੇ ਸਾਨੂੰ ਹਾਰ ਕੇ ਇਹ ਡਿਸੀਜਨ ਲੈਣਾ ਪਿਆ, ਇਹ ਡਿਸੀਜਨ ਹਾਰ ਕੋਈ ਲੈਣਾ, ਇੰਨੀ ਗਰਮੀ ਵਿੱਚ ਘਰੋਂ ਜਨਾਨੀਆਂ ਬਾਹਰ ਨਿਕਲੀਆਂ ਵਿਚਾਰੀਆਂ, ਥੱਲੇ ਬਹਿਣਾ ਕੋਈ ਸੌਖੀ ਗੱਲ ਨਹੀਂ ਗਈ, ਲੇਕਿਨ ਅਸੀਂ ਵੀ ਨਹੀਂ ਚਾਹੁੰਦੇ ਕਿ ਉਹਨਾਂ ਦਾ ਕੋਈ ਜਿਹੜੇ ਵਿਚਾਰੇ ਬਾਹਰੋਂ ਆਏ ਨੇ ਲੋਕ ਜਾਂ ਜਿਹੜਾ ਪੈਸੰਜਰ ਨੇ, ਉਹਨਾਂ ਨੂੰ ਉਹਨਾਂ ਮੁਸ਼ਕਲ ਹੋਵੇ। ਸਰ ਤਾਂ 1 ਮਹੀਨਾ ਹੋ ਗਿਆ ਪਾਣੀ ਖੜਾ ਹੋਇਆ, ਬੱਚਿਆਂ ਨੂੰ ਇੰਨੇ ਪ੍ਰੋਬਲਮ ਆ ਰਹੀ, ਸਕੂਲ ਤੋਂ ਆਉਂਦੇ ਬੱਚੇ ਰੋਜ਼ ਉਹਨਾਂ ਦੇ ਸ਼ੂਜ਼ ਗਿੱਲੇ ਹੋਏ ਹੁੰਦੇ ਆ, ਉਹਨਾਂ ਦੇ ਪਾਣੀ ਜਾ ਕੇ ਦਾਣੇ ਹੋ ਗਏ, ਉਹਨਾਂ ਦੇ ਸਾਰੀ ਲੱਤਾਂ 'ਤੇ ਉਹਨਾਂ ਇਨਫੈਕਸ਼ਨ ਇੰਨੀ ਕੁ ਜ਼ਿਆਦਾ ਫੈਲ ਗਈ, ਬੱਚਿਆਂ ਨੂੰ ਮੈਡੀਸਨ ਕਿੰਨੀ ਕੁ ਲਿਆ ਕੇ ਦਈਏ ਅਸੀਂ ਬਾਰ ਬਾਰ। 1 ਮਹੀਨੇ ਤੋਂ ਅਸੀਂ ਇੱਕ ਰਾਜਪਾਲ ਯਾਦਵ ਕੋਈ ਇੱਥੇ ਆਇਆ ਸੀਗਾ, ਉਹਨੇ ਇੱਕ ਕੁਛ ਨਹੀਂ ਕਰਕੇ ਗਿਆ, ਉਹਨੂੰ ਅਸੀਂ ਆਵਾਜ਼ਾਂ ਮਾਰਦੇ ਰਹੇ ਗਏ, ਅੱਗੋਂ 2 ਬੰਦੇ ਲੈ ਕੇ ਆਇਆ ਸੀ, ਉਹ ਉਹਨਾਂ ਨੂੰ ਆਵਾਜ਼ਾਂ ਮਾਰਦਾ ਰਹਿ ਗਿਆ, ਉਹ 2 ਬੰਦਿਆਂ ਨੇ ਉਹਦੀ ਆਵਾਜ਼ ਨਹੀਂ ਸੁਣੀ ਹੈਗੀ, ਅਤੇ ਐਸਾ ਅਸੀਂ ਆਵਾਜ਼ਾਂ ਦਿੰਦੇ ਰਹਿ ਗਏ ਕਿ ਭਾਅ ਜੀ ਕੁਛ ਕਰੋ ਕੁਛ ਕਰੋ, ਉਹਨਾਂ ਨੇ ਕੁਛ ਨਹੀਂ ਕੀਤਾ ਇੱਥੇ ਆ ਕੇ, ਅਤੇ ਐਸਾ ਹੀ ਚਲੇ ਗਿਆ ਵਾ, ਆਵਾਜ਼ਾਂ ਦਿੰਦੇ ਰਹਿ ਗਏ ਆਪਾਂ, ਇੰਨਾ ਕੁ ਬੁਰਾ ਹਾਲ ਆ, ਕਿਤੇ ਸਬਜ਼ੀ ਲੈਣ ਜਾਣਾ ਕੁਛ ਲੈਣ ਜਾਣਾ ਕੁਛ, ਇੰਨੀ ਦਿੱਕਤ ਆਈ ਹੋਈ ਹੈ, ਸਾਰਾ ਪਾਣੀ 'ਚੋਂ ਗੰਦੇ 'ਚੋਂ ਲੈ ਕੇ ਜਾਣਾ ਪੈਂਦਾ, ਸਾਡੇ ਆਪਣੇ ਪੈਰਾਂ 'ਚ ਇੰਨੀ ਖਾਰੀ ਸ਼ੁਰੂ ਹੋ ਗਈ ਵਾ ਪੈਰਾਂ 'ਚ, ਮੀਂਹ ਪੈਂਦਾ ਇੱਥੇ ਅਕਸਰ ਪਾਣੀ ਖਲੋਂਦਾ ਹੋਏਗਾ, ਫਿਰ ਉਦੋਂ ਕੀ ਹਾਲਾਤ ਉਸ ਤੋਂ ਹੋਰ ਜ਼ਿਆਦਾ ਹੋ ਜਾਂਦਾ ਜਦੋਂ ਪਾਣੀ ਖੁੱਲ੍ਹਾ ਛੱਡਦੇ ਆ ਪਾਣੀ ਆਉਣ ਵਾਲਾ, ਇੰਨਾ ਉਹ ਪਾਣੀ ਹੋਰ ਜ਼ਿਆਦਾ ਹੋ ਜਾਂਦਾ ਆ, ਪੀਣ ਵਾਲਾ ਪਾਣੀ ਵੀ ਇੰਨਾ ਕੁ ਗੰਦਾ ਆ ਰਿਹਾ, ਪਾਣੀ ਪੀਏ ਉਬਾਲ ਉਬਾਲ ਕੇ ਪਾਣੀ ਪੀ ਰਿਹਾ ਅਸੀਂ ਤਾਂ ਵੀ। ਕੰਪਲੇਂਟ ਅਸੀਂ ਰੋਜ਼ ਫੋਨ 'ਤੇ ਫੋਨ ਕਰੀ ਜਾਂਦੇ ਪਏ ਹਾਂ, ਜਾਂਦੇ ਵੀ ਪਏ ਹਾਂ ਕਾਰਪੋਰੇਸ਼ਨ ਆਫਿਸ, ਔਰ ਉਹ ਫਿਰ ਵੀ ਆਉਂਦਾ ਹੀ ਨਹੀਂ। ਇੱਕ ਵਾਰੀ ਆਏ ਸੀ ਰਾਜਪਾਲ ਜੀ, ਉਹਨਾਂ ਨੇ ਵੀ ਆਏ ਬਸ ਦੇਖਿਆ ਚੱਲ ਗਏ, ਅਸੀਂ ਆਵਾਜ਼ਾਂ ਹੀ ਮਾਰਦੇ ਰਹੇ, ਪਰ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਸਾਡੀ, ਉਹ ਇਸ ਤਰ੍ਹਾਂ ਹੀ ਚਲੇ ਗਏ, ਨਾ ਸਾਫ਼ ਕੀਤਾ ਕੁਛ। ਅਤੇ ਦੂਸਰਾ ਦੇਖੋ, ਪਾਣੀ ਪੀਣ ਵਾਲਾ ਵੀ ਗੰਦਾ ਆ ਰਿਹਾ, ਅਤੇ ਸਾਨੂੰ ਤਾਂ ਬਾਹਰੋਂ ਬਾਜ਼ਾਰੋਂ ਲਿਆਉਣਾ ਪੈ ਰਿਹਾ ਮਿਨਰਲ ਵਾਟਰ, ਉਹਦੇ ਨਾਲ ਹੀ ਬ੍ਰਸ਼ ਕਰ ਰਹੇ ਹਾਂ ਕਿ ਯੈਲੋ ਯੈਲੋ ਪਾਣੀ ਹੈ, ਸਮੈਲ ਹੈ, ਹਾਂਜੀ ਬਹੁਤ ਜ਼ਿਆਦਾ ਮੱਛਰ ਤਾਂ ਬਹੁਤ ਜ਼ਿਆਦਾ, ਇਸ ਤਰ੍ਹਾਂ ਮਲੇਰੀਆ ਵੀ ਫੈਲ ਜਾਣਾ ਇੱਥੇ।